ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸਰਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਅਤੇ ਇੱਕ ਗਾਂ ਤੁਹਾਨੂੰ ਸੂਈ ਸਵਾਈ ਤੁਹਾਨੂੰ ਦਿਖਾਉਣੀ, ਅਤੇ ਮੱਝਾਂ ਦੋਵੇਂ ਗੱਭਣਾਂ ਤੁਹਾਨੂੰ ਦਿਖਾਵਾਂਗੇ ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਠੀਕ ਠਾਕ ਜੀ? ਠੀਕ ਠਾਕ ਜੀ, ਤੁਸੀਂ ਸੁਣਾਓ? ਸਭ ਠੀਕ ਠਾਕ ਜੀ। ਵਿਕ ਗਿਆ ਉਦਣ ਵਾਲਾ ਮਾਲ ਫਿਰ? ਹਾਂਜੀ ਹਾਂਜੀ, ਮਾਲ ਘੰਟੇ 'ਚ ਵਿਕ ਗਿਆ। ਕਿੰਨੇ ਕਾਏ ਫੋਨ ਫਾਨਾ ਫਿਰ? ਬਹੁਤ, ਕਈਆਂ ਵੀਰਾਂ ਦੇ ਚੁੱਕੇ ਨੇ ਗਏ ਫੋਨ 'ਤੇ, ਅੱਛਾ, ਚੀਜ਼ ਦੀ ਹੁਣ ਮਾਫੀ ਚਾਹੁੰਦੇ ਆ। ਠੀਕ ਠੀਕ ਹੈ। ਅਤੇ ਰੇਟ ਅੱਜ ਵੀ ਜਾਇਜ਼ ਹੀ ਆ? ਰੇਟ ਨੋਰਮਲ ਹੁੰਦੇ ਆ, ਆਪਣੇ ਮਾਰਕੀਟ ਨੂੰ 5-4 ਹਜ਼ਾਰ ਡਾਉਣੇ ਹੁੰਦੇ ਨੇ। ਠੀਕ ਹੈ, ਹਾਂਜੀ। ਚਲੋ ਨਾਮ ਦੱਸ ਦਿਓ ਕਰੀ ਫਿਰ ਆਪਾਂ। ਨਾਮ ਵੀਰ ਜੀ ਮਿੰਟੂ ਸਿੰਘ ਜੋ। ਹਾਂਜੀ, ਪਿੰਡ ਸਰਾਏ, ਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਫੋਨ ਨੰਬਰ ਹੀ ਬੋਲਦਾ ਕਰੀ? 98147। ਹਾਂਜੀ, 93325। ਠੀਕ ਹੈ, ਹਾਂਜੀ। ਅਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇੱਦਾਂ ਹੀ ਆਪਾਂ ਕਰ ਦਈਏ। ਕਿੰਨਵਾਂ ਸਵਾ ਸੂਈ ਜੀ? ਇਹ ਦੂਜਾ ਸਵਾ ਦੇ ਵਿੱਚ ਜੀ 6 ਦਿਨ ਦੀਆਂ ਜੀ। ਠੀਕ, ਕਿੰਨਾ ਚਿਰ ਹੋਇਆ ਸੂਈ ਨਾਲ? ਸੂਈ ਕੱਲ੍ਹ ਜੋ ਹੈ। ਅੱਛਾ, ਕੱਲ੍ਹ ਦੀ ਸੂਈ ਆ। ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ 10,000 ਅੰਗਲ ਤੋਂ ਬੋਲਾ ਜੋ। ਅੱਛਾ, ਹਾਂਜੀ। ਕਿੱਥੋਂ ਕੁ ਤੱਕ ਚੱਲ ਜੂਗੀ? 14-15 ਆਰਾਮ ਨਾਲ ਕਰ ਦੇਣਾ ਜੀ। ਅੱਛਾ, 14-15 ਹੀ ਲੱਗ। ਕਿੰਨੀਆਂ ਦੇ ਤੋਰੋ? ਹਾਂ ਫਿਰ ਇੱਕ ਵਾਰੀ ਨਾ ਮੱਛੀ ਦਿੱਤੀ ਹੋ ਬੜੀ ਚੰਗੀ। ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ। ਬਾਕੀ ਸੋਹਣੀ ਵੈੜ ਆ, ਤੇ ਮਗਰ ਇਹਦੇ ਵੱਛੇ ਵੀ ਬੜੀ ਖੂਬਸੂਰਤ ਆਈ ਆ, ਜਿਹੜੀ ਚੰਗੇ ਸੋਹਣੇ ਰੰਗ ਰੂਪ ਦੀ ਆ। ਬਾਕੀ ਇੱਥੇ ਆ ਕੇ ਚੰਗੀ ਤਰ੍ਹਾਂ ਵੇਖ ਲਿਆ ਕਰੋ, ਕੱਦ ਕੁੱਦ ਦਾ ਪ੍ਰੋਪਰ ਪਤਾ ਲੱਗ ਜਾਂਦਾ। ਜਰਸੀਆਂ ਦੇ ਹਿਸਾਬ ਨਾਲ ਲਾਈਏ ਤੇ ਕੱਦ ਇਹਦਾ ਠੀਕ ਹੀ ਆ। ਵੱਛੀ ਜਲਸੀ ਦਿੱਤੀ ਜੋ, ਤੇ ਆਹ ਵੱਛੀ ਮਗਰ ਬਿਲਕੁਲ ਤਾਜ਼ੇ ਨਾੜੋ ਜਿਹੜਾ ਨਾਲ ਹੈ। ਦੇਖੋ ਵੱਛੀ ਠੀਕ ਹੈ, ਤੇ ਆਹ ਥਾਣੇ ਦੇ ਦੇਖ ਸਕਦੇ ਲੱਗ ਕੇ ਦੋ ਇੱਕ ਵਾਰੀ। ਤੇ ਕਿੰਨਾ ਫਿਰ ਮੁੱਲ ਵੀਰ ਜੀ ਇਹਦਾ? ਮੁੱਲ ਵੇਖ ਲਓ, ਵੈਟ ਦੇ ਹਿਸਾਬ ਨਾਲ 45,000 ਦੀ ਦੇ ਦੀਏ। ਜਾ ਜਾ ਕਰੀਏ ਫਿਰ, 2,000 ਛੱਡ ਦਿੰਦੇ। ਕਿੰਨੇ ਚੋਂ? 45 45 ਚੋਂ ਕਿ 40 ਚੋਂ? 40 ਚੋਂ ਛੱਡੀ ਗਏ, ਜ਼ਿਆਦਾ ਨਾ ਧੱਕਾ ਕਰਿਆ ਕਰੋ। ਨਹੀਂ, 40 ਚੋਂ ਛੱਡੀ ਗਏ। ਨਹੀਂ ਚਲੋ, 40 ਪੂਰੇ ਦੇ ਦਾਂਗੇ। ਨਹੀਂ, ਛੱਡ ਦਈਏ 40 ਚੋਂ 2,000। ਵੇਖ ਲਓ ਫਿਰ, ਆਪ ਨੂੰ ਕੋਈ ਫਾਇਦਾ ਨਹੀਂ ਹੁੰਦਾ ਇਹਦੇ। ਨਹੀਂ ਨਹੀਂ ਫਾਇਦਾ ਤਾਂ ਚਲੋ ਹੁੰਦਾ ਹੀ ਆ, ਇਹ ਤਾਂ ਚਲੋ। ਵੈਟ ਦੇਖੋ ਨਾ ਕਿੱਦਾਂ ਦੀ ਹੈ। ਜਾਣ ਦੋ 38,000 ਦੀ ਜਾਣ ਦੋ ਫਿਰ। ਚਲੋ ਠੀਕ ਹੈ, ਠੀਕ ਦੇ ਦਾਂਗੇ। ਬਾਕੀ ਹੁਣ ਕੋਈ ਵੀਰ ਜ਼ਿਆਦਾ ਨਾ ਤੰਗ ਕਰੇ, ਬਸ ਛੋਟ ਹੀ ਆ, 200 ਰੁਪਇਆ। ਠੀਕ ਹੈ, ਹਾਂਜੀ। 100 ਦੇ ਨਾਲ 0,1 ਹੋਰ ਜੋੜ ਦਿਓ ਫਿਰ ਬਾਅਦ ਚੋਂ। ਚਲੋ ਠੀਕ, 1,000 ਰੁਪਇਆ ਛੋਟ ਕਰ ਦਿਓ ਵਿੱਚੋਂ। ਠੀਕ ਹੈ, ਚਲੋ। ਤੇ ਬਾਕੀ ਚਲੋ ਕੋਈ ਫੋਨ ਲਾਵੇ। ਹਾਂਜੀ, ਤੇ ਹੁਣ ਜਿਹੜੀ ਆ ਦਿਖਾਉਣੀ ਤੁਹਾਨੂੰ, ਝੋਟੀਆਂ ਤੁਹਾਨੂੰ ਦਿਖਾਉਣੀਆਂ। ਇਹ ਵੀ ਚੰਗੇ ਕੱਦ ਕਾਠ ਦੀ ਹੈ, ਚੰਗੇ ਪਿੱਠ ਪੁੜੀ ਦੀ ਹੈ, ਝੋਟੀਆਂ ਦੋਵੇਂ ਗੱਭਣਾ। 2 ਮਿੰਟ ਬਸ ਲੱਗੇ। ਤੇ ਆਹ ਵੀਰ ਜੀ, ਝੋਟੀ ਕਿੰਨੇ ਕੁ ਦੁੱਧ ਵਾਲੀ ਜੇ? ਕਿੰਨੇ ਵੀਰ ਜੀ? ਪਹਿਲੇ ਸਵੇ 12 ਕਿਲੋ ਦੁੱਧ ਕੱਢਿਆ ਝੋਟੀ ਨੇ। ਅੱਛਾ, ਬਾਕੀ ਕੱਦ ਵਜਨ ਤਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਕਿੱਦਾਂ ਦੀ। ਬਾਕੀ ਸੋਹਣੀ ਝੋਟੀ, ਚਲੋ ਫੱਬਦੀ ਆ ਨਾ, ਕਿੱਲੇ ਤੇ ਬੱਜੀ ਵੀ ਸੋਹਣੀ ਲੱਗਦੀ ਆ, ਤੇ ਬੋਡੀ ਸਟਰਕਚਰ ਵੀ ਚੰਗਾ ਵਾ। ਖੋਲੋ ਹਾਂ ਫਿਰ, ਤੋਰਦੀ ਯਾਰ ਕਿ ਉਤਰਾ ਕਿੰਨਾ ਦੁੱਧ ਚਵਾਈ ਜਾਊਗੀ? ਦੁੱਧ 2 ਕਿਲੋ ਤੇ ਵਧੇਗੀ ਜੇ। ਚਲੋ ਅੱਗੇ ਨੂੰ, ਪਹਿਲੇ ਸਵੇ ਜਿੰਨੇ 12 ਕੱਢਿਆ ਵਾ, ਠੀਕ ਹੈ, ਆਰਾਮ ਨਾਲ ਭਰੇਗੀ। ਬਾਕੀ ਸੇਵਾ ਦਾ ਦੁੱਧ ਜੀ ਆਪਣੀ ਦਾ, ਬਾਕੀ ਸੋਹਣੀ ਝੋਟੀ ਆ ਜਿਹੜੀ, ਸੇਵਾ ਕਰਾਂਗੇ ਤੇ 15 ਕਿਲੋ ਵਿੱਚ ਵੱਕਦਾ। ਬਾਕੀ ਖੜਨੀ ਕਿਸੇ ਵੀਰ ਨੇ ਆਪਣੀ ਸਮਝਣਾ ਵਾ, ਅਜੇ ਗੱਭਣੇ ਆ ਜਿਹੜੇ, ਜੇ ਤਿਆਰ ਹੋਣੀ ਆ। ਥੱਲੇ ਬਹੁਤ ਸਫਾਈ ਤੇ ਆ,
ਬਾਕੀ ਜਿੱਦਣ ਤਿਆਰ ਹੋਈ ਚੰਗੀ ਭਰੂਗੀ ਥੱਲਿਆਂ ਮੈਂ। ਅਤੇ ਇਹ ਕਿੰਨੇ ਦੀ ਦੇ ਦਈਏ ਵੀਰ ਜੀ ਫਿਰ? ਇੱਕ ਪੰਜ ਤਾਂ ਜ਼ਿਆਦਾ ਜੀ। ਨਹੀਂ ਜ਼ਿਆਦਾ, ਤੁਸੀਂ ਪਹਿਲਾਂ ਹੀ ਵੱਧ ਮੰਗੀ ਜਾਂਦੇ ਤੇ ਬਾਅਦ ਚੋਂ ਤਾਂ ਫਿਰ ਜਾਇਜ਼ ਕਰਾਉਣੇ ਸੀ। ਬੜੀ ਚੰਗੀ ਜੀ ਜੇ ਅੱਜ ਹੀ ਬਿਲਕੁਲ ਜੱਸ ਨੂੰ ਹੀ ਗੱਲ ਕਰੀਏ। ਲੱਖ ਦੀ ਪੂਰੇ ਦੇ, ਪੂਰੇ ਲੱਖ ਦੀ? ਤੇ ਵਿੱਚੋਂ ਕਿੰਨਾ ਕਰੋਗੇ ਮਾਨ? ਝੋਟੀ ਤੇ ਚਲੋ ਚੰਗੀ ਆ, ਫੇਰ ਹੀ ਕਿਸੇ ਨੇ ਚਲੋ ਪੈਸੇ ਖਰਚਣੇ ਆ। ਪੰਜ ਹੀ ਛੱਡਣਾ? ਛੋਟ ਕਰਾ ਦਈਏ ਥੋੜੀ ਜੀ। ਚਲੋ ਤੁਸੀਂ ਆਪਣੀ ਮਰਜ਼ੀ ਕਰੋ, ਤੁਸੀਂ ਥੋੜੀ ਜਿਹੀ ਛੋਟ ਕਰਾ ਦਈਏ ਫਿਰ। ਚਲੋ ਜਿਵੇਂ ਤੁਹਾਡਾ ਹੁਕਮ, ਕੋਈ ਨੀ। 95 ਚੋਂ 10 ਹੀ ਛੱਡ ਦਈਏ ਫਿਰ। ਜਿਆਦਾ ਨਾ ਕਰੀ ਜਾ ਕਰੋ ਇਸ ਤਰ੍ਹਾਂ ਤੁਸੀਂ। ਨਹੀਂ ਜਿਆਦਾ ਨੀ ਆ, 85,000 ਦੀ ਜਾਣ ਦਈਏ ਫਿਰ। ਚਲੋ ਠੀਕ ਜੀ, ਠੀਕ ਆ ਫਿਰ। 95 ਚ ਕਹਿੰਦੇ 10 ਹੀ ਛੱਡ ਦਿਆਂਗੇ, 85,000 ਦੀ ਜਿਹੜੀ ਕਹਿੰਦੇ ਕਿ ਦੇ ਦਿਆਂਗੇ। ਬਾਕੀ ਕੋਈ ਨਾ ਜਾਣਾ, ਤੁਸੀਂ ਧੱਕਾ ਅੱਧਾ ਕਰਦੇ ਜੋ। ਤੁਹਾਡੇ ਨਾਲ ਫਿਰ ਪ੍ਰੇਮ ਪਿਆਰ ਆ ਆਪਣਾ, ਤੇ ਫਿਰ ਧੱਕਾ ਚੱਲਦਾ ਤੁਹਾਡੇ ਨਾਲ ਆਪਣਾ। ਚਲੋ ਠੀਕ। ਤੇ ਇਹ ਵੀ ਜਿਹੜੀ ਗੱਭਣ ਆ, ਇਹ ਕਿੰਨੇ ਕੁ ਦੁੱਧ ਵਾਲੀ ਆ ਵੀਰ ਜੀ? ਇਹ ਵੀ 13-14 ਕਿਲੋ ਆਰਾਮ ਨਾਲ ਦੇਗੀ। ਅੱਛਾ, ਹਾਂਜੀ ਹਾਂਜੀ, ਠੀਕ। ਤੇ ਕਿੰਨਾ ਕੁ ਲੈ ਜੂ ਟਾਈਮ ਅਜੇ? ਇਹਨੇ ਤਾਂ ਬਸ 5-4 ਦਿਨ ਖੜਨੇ ਆ, 4 ਹੀ ਆ ਹੁਣ। ਹਾਂਜੀ, ਤੋਰੋ ਹਾਂ ਫਿਰ ਇੱਕ ਵਾਰੀ ਨੂੰ। ਬਾਕੀ ਥਾਣੇ ਵੀ ਇਹਦੇ ਅਗਲੇ ਪਿਛਲੇ ਦੇਖ ਸਕਦੇ ਜੀ ਚੰਗੀ ਤਰ੍ਹਾਂ। ਹਾਂ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ। ਬਾਕੀ ਠੰਡੀ ਠੰਡੀ ਬਹੁਤ ਜਗਾਈਆਂ ਵੇਖੋ। ਠੀਕ ਹੈ, ਥੋੜ੍ਹਾ ਜਿਹਾ ਕਈ ਵਾਰੀ ਡਰ ਜਾਂਦਾ ਪਸ਼ੂ। ਹਾਂਜੀ, ਬਹੁਤ ਠੰਡੀ। ਤੇ ਦੂਸਰੇ ਪਾਸੇ ਤਾਂ ਵੀ ਇੱਕ ਵਾਰੀ ਦੇਖ ਸਕਦੇ ਜੀ। ਤੇ ਕਿੰਨਾ ਫਿਰ ਮੁੱਲ ਵੀਰ ਜੀ ਇਹਦਾ? ਮੁੱਲ ਵੇਖ ਲਓ, ਦੇ ਦਈਏ 90,000। ਨਹੀਂ ਫਿਰ 90 ਦੇ, ਤੁਸੀਂ ਤੇ ਜ਼ਿਆਦਾ ਮੰਗੀ ਜਾਂਦੇ ਜੀ। ਬੜੀ ਵੱਡੀ ਜੋ ਜੇ ਅੱਜ ਬਿਲਕੁਲ ਮੁੱਲ ਬਹੁਤ ਜ਼ੋਰ ਪੀਰ ਜੀ ਆਪ ਹੀ ਨਹੀਂ ਹੁਣ ਡਾਊਨ ਹੋ ਗਿਆ ਜੀ ਬਾਹਰ ਵੀ। ਨਹੀਂ ਬਾਹਰੋਂ ਡਾਊਨ ਕਿੱਥੇ ਮਿਲਦੇ ਆ, ਫਰਕ ਪੈ ਗਿਆ ਜੀ ਅੱਗੇ ਨੂੰ। ਚਲ 5 ਛੱਡ ਦਿੰਦੇ। ਕਿੰਨੇ ਚੋਂ? 85 ਦੇ। 85 ਚੋਂ 5 ਛੱਡਣਾ ਜੀ? ਠੀਕ ਹੈ ਫਿਰ। ਬਾਕੀ ਇਹ ਹੈ ਕਿ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਨਾ ਪਾਸ ਕਰਕੇ ਖੜੇ, ਸੂਈ ਉਹਨੂੰ ਚੋ ਕੇ ਖੜੇ। ਠੀਕ ਆ, ਹਾਂਜੀ 10 ਤੋਂ ਉੱਪਰ ਹੀ ਬੋਲਾ ਹੋਏਗਾ। ਪਾਸ ਹੀ ਹੋਣੀ ਆ ਵੈਸੇ ਤੇ ਸਾਰੀਆਂ, ਉਹ ਵੀ ਤਾਜ਼ੀ ਸਵੀ ਆ ਤੇ ਮੱਝਾਂ ਵੀ ਜਿਹੜੀਆਂ ਵਾ ਪਾਸ ਕਰਕੇ, ਕੋਈ ਆਪਣੀ ਸਮਝ ਨਾ ਮਰਜ਼ੀ ਨਾ ਵੇਸ ਚਾਹ ਕੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।